ਉਸਨੇ ਆਪਣੀ ਸਰੀਰਕ ਅਪੰਗਤਾ ਨੂੰ ਮਜ਼ਬੂਤ ਇੱਛਾ ਸ਼ਕਤੀ ਦੇ ਨਾਲ ਹਰਾਇਆ ਤੇ ਅੱਗੇ ਵਧਣ ਦਾ ਫੈਸਲਾ ਕੀਤਾ। ਉਸਨੇ ਕਦੇ ਦੂਜਿਆਂ ਤੋਂ ਮਦਦ ਨਹੀਂ ਮੰਗੀ। ਜੁੱਤੀਆਂ ਚੱਪਲਾਂ ਦੀ ਮੁਰੰਮਤ ਕਰਨ ਵਾਲੇ ਆਪਣੇ ਕੰਮ ਤੇ ਭਰੋਸਾ ਕੀਤਾ। ਉਹ ਨਾ ਸਿਰਫ ਆਪਣੀਆਂ ਦੋ ਧੀਆਂ ਦੇ ਸੁੱਖ ਦਾ ਧਿਆਨ ਰੱਖਦਾ ਬਲਕਿ ਆਪਣੀ ਘੱਟ ਆਮਦਨੀ ਦੇ ਬਾਵਜੂਦ ਵੀ ਉਹਨਾਂ ਨੂੰ ਪੜ੍ਹਾ ਰਿਹਾ। ਉਹ ਕੋਈ ਹੋਰ ਨਹੀਂ ਖੈਰਤਾਬਾਦ ਨਿਵਾਸੀ ਅਮੀਰਪੁਰ ਸਲੇਸ਼ ਹੈ। ਉਸਦੀ ਜ਼ਿੰਦਗੀ ਰੱਬ ਦੀ ਮਿਹਰ ਤੇ ਸਵਾਲ ਚੁੱਕਦੀ ਹੈ ਤੇ ਕਿਸਮਤ ਨੂੰ ਚੁਣੌਤੀ ਦਿੰਦੀ ਹੈ। ਉਸਦੀ ਜ਼ਿੰਦਗੀ ਉਸ ਵਰਗੇ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਰੋਲ ਮਾਡਲ ਹੈ। ਮਲੇਸ਼ ਬਚਪਨ ਤੋਂ ਹੀ ਜੁੱਤੀਆਂ ਦੀ ਮੁਰੰਮਤ ਦਾ ਕੰਮ ਕਰਦਾ ਹੈ। ਉਹ ਆਪਣੀ ਮਾਤਾ ਦੇ ਨਾਲ ਸਕੱਤਰਿਤ ਨੇੜੇ ਫੁੱਟਪਾਥ 'ਤੇ ਬੈਠਦਾ ਸੀ। ਸ਼ੁਰੂਆਤੀ ਦਿਨਾਂ 'ਚ ਜ਼ਿੰਦਗੀ ਸੌਖੀ ਸੀ ਪਰ ਸ਼ੂਗਰ ਦੀ ਬਿਮਾਰੀ ਨੇ ਉਸਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ। ਇਸ ਕਾਰਨ ਉਹ ਕਈ ਮਹੀਨੇ ਬਿਸਤਰੇ 'ਚ ਪਿਆ ਰਿਹਾ। ਬਹੁਤ ਸਾਰੇ ਇਲਾਜ ਤੋਂ ਬਾਅਦ ਵੀ ਉਸਨੂੰ ਕੋਈ ਰਾਹਤ ਨਾ ਮਿਲੀ। ਆਖਰ ਡਾਕਟਰਾਂ ਨੂੰ ਉਸਦੀ ਖੱਬੀ ਲੱਤ ਕੱਟਣੀ ਪਈ। ਅਗਲੇ 2 ਸਾਲਾਂ ਦੇ ਅੰਦਰ ਉਸਦੀ ਸੱਜੀ ਲੱਤ ਵੀ ਗੰਭੀਰ ਰੂਪ ਵਿੱਚ ਸੰਕ੍ਰਮਿਤ ਹੋ ਗਈ ਅਤੇ ਉਸਨੂੰ ਵੀ ਕੱਟਣਾ ਪਿਆ। ਇਸ ਨਾਲ ਉਹ ਬੇਵੱਸ ਹੋ ਗਿਆ ਪਰ ਉਸਨੇ ਕਦੇ ਆਪਣਾ ਮਨੋਬਲ ਡਿੱਗਣ ਨਹੀਂ ਦਿੱਤਾ। చిన్నపడం చేస్తున్నా సార్ పనిది. ఈ మధ్యలో ఇట్లా అయిపోయింది, నాకు కాలు తీసేసినారు షుగర్ వల్ల. ఫస్ట్ లెఫ్ట్ సైడ్ పోయింది, తర్వాత 2 సంవత్సరాల తర్వాత మళ్ళీ రైట్ సైడ్ పోయింది. ఏం చేయాలి? ఆకలి దవకాల్లో పడ్డా. 10 సార్లు పోయి 10 సార్లు వచ్చిన, మంచిగా అయితేమని చూసిన, మంచిగా కాలేదు. చాలా పైసలు ఖర్చు పెట్టిన, ఇప్పుడు నా దగ్గర ఏం లేదు. ఏం చేయాలి? మా అమ్మ ఒక ఆమె నాకు చూసింది, ఆమెనే నాకు సేవ చేసింది. బతకాలనుకుంటే తప్పదు కదా సార్, చేయాలి వస్తుంది. ఇక ఇదే పని చేస్తున్నది మీదే బతు. ਮਲੇਸ਼ ਆਪਣੇ ਪਰਿਵਾਰ 'ਚ ਕਮਾਉਣ ਵਾਲਾ ਇਕਲੌਤਾ ਵਿਅਕਤੀ ਹੈ। ਉਹ ਖੈਰਤਾਬਾਦ 'ਚ ਇੱਕ NGO ਵੱਲੋਂ ਚਲਾਏ ਜਾਂਦੇ ਸਕੂਲ 'ਚ ਆਪਣੀਆਂ ਦੋਵਾਂ ਧੀਆਂ ਵੈਸ਼ਨਵੀ ਅਤੇ ਸੀਰਸ਼ਾ ਨੂੰ ਪੜ੍ਹਾਉਣ ਲਈ ਭੇਜਦਾ ਹੈ। ਉਸਨੇ ਆਪਣੀ ਸਰੀਰਕ ਅਪਾਹਜਤਾ ਨੂੰ ਭੁੱਲ ਕੇ ਆਪਣੇ ਕਾਰੋਬਾਰ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਹ ਫੁੱਟਪਾਥ 'ਤੇ ਸਵੇਰੇ 9:30 ਤੋਂ ਰਾਤੀ 8 ਵਜੇ ਤੱਕ ਜੁੱਤੀਆਂ ਦੀ ਮੁਰੰਮਤ ਦਾ ਕੰਮ ਕਰਦਾ ਹੈ। ਆਪਣੇ ਕਮਾਏ ਪੈਸਿਆਂ ਦੇ ਨਾਲ ਆਪਣੀਆਂ ਧੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ। ఏం లేదు నాకు, చేస్తున్నా బతుకున్నా, ఏదో వచ్చిన కాడికి ఇంట్లో నడుపుకుంటున్నా. ఇక పిల్లలకు గవర్నమెంట్ స్కూల్ వేసినా వాళ్ళు చదువుకుంటారు. ఇక వాళ్ళ గురించే నేను చేసేది ఈ పని. వస్తుంది 100 వస్తుంది, 150 వస్తుంది, దాని మీద బతకాలి మేము. మాకేం ఆదాయం ఏం లేదు బయట. ఇక మేము ఇదే పని చేయాలి, దీని మీద బతకాలి. ఇవాళ ఏం సాయం చేయలేదు సార్ నాకు, ఇప్పటివరకు ఎవరు ఏం సాయం చేయలేదు. ఇప్పుడు కూడా ఎవరు చేయలేదు నాకు, అప్పుడు కూడా ఎవరు చేయలేదు, ఇప్పుడు కూడా ఎవరు చేయలేదు. ਉਹ ਭਲੇ ਹੀ ਅਪਾਹਜ ਹੈ ਪਰ ਮਲੇਸ਼ ਨੇ ਕਦੇ ਦੂਜਿਆਂ ਤੋਂ ਮਦਦ ਨਹੀਂ ਮੰਗੀ। ਜੇਕਰ ਕੋਈ ਸੱਜਣ ਉਸਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਉਹ ਅਸਵੀਕਾਰ ਕਰ ਦਿੰਦਾ ਹੈ। ਮਲੇਸ਼ ਦੀ ਇੱਛਾ ਹੈ ਕਿ ਲੋਕ ਮਦਦ ਕਰਨਾ ਚਾਹੁੰਦੇ ਨੇ ਉਹ ਦਿਲੀ ਇੱਛਾ ਨਾਲ ਕਰਨ ਪਰ ਹਮਦਰਦੀ ਨਾਲ ਨਹੀਂ। ਹੁਣ ਮਲੇਸ਼ ਆਪਣੀ ਘੱਟ ਆਮਦਨੀ ਤੇ ਸੂਬਾ ਸਰਕਾਰ ਦੀ ਅਪਾਹਜਤਾ ਦੀ ਮਹੀਨਾਵਾਰ ਪੈਨਸ਼ਨ ਦੀ ਮਦਦ ਨਾਲ ਉਹ ਆਪਣਾ ਪਰਿਵਾਰ ਚਲਾ ਰਿਹਾ ਹੈ। ਮਲੇਸ਼ ਹਰ 2 ਮਹੀਨਿਆਂ ਬਾਅਦ ਗੰਭੀਰ ਬੁਖਾਰ ਨਾਲ ਪੀੜਿਤ ਹੋ ਜਾਂਦਾ ਹੈ ਪਰ ਉਹ ਆਪਣੇ ਬੱਚਿਆਂ ਨੂੰ ਆਪਣੀਆਂ ਪਰੇਸ਼ਾਨੀਆਂ ਬਾਰੇ ਪਤਾ ਵੀ ਨਹੀਂ ਚੱਲਣ ਦਿੰਦਾ। ਉਹ ਸਖਤ ਮਿਹਨਤ ਤੇ ਵਿਸ਼ਵਾਸ ਰੱਖਦਾ ਹੈ ਅਤੇ ਇਸ ਨਾਲ ਹੀ ਆਪਣੀ ਜ਼ਿੰਦਗੀ ਜਿਉਂਦਾ ਹੈ। చెప్తా వాళ్ళకి, సమజాస్తా వాళ్ళకి. ఏమైనా బాధ ఉంటే కూడా చెప్తా నేను. చూడమ్మా, మనము చేస్తున్నాం కష్టం, వచ్చిన దాంట్లోనే నడిపించుకోవాలి. ఎక్కువ ఆశ పడవద్దు. ఎవరి మీద వాళ్ళు అట్లా చేస్తారు కదా అని వాళ్ళ మీద ఆశ పెట్టుకొని మనం అడగద్దు. ਮਲੇਸ਼ ਪਿਛਲੇ 12 ਸਾਲਾਂ ਤੋਂ ਆਪਣਾ ਮਨੋਬਲ ਗਵਾਏ ਬਗੈਰ ਬਿਨਾਂ ਮਲੇਸ਼ ਪੇਸ਼ੇਵਰ ਰੂਪ ਸਖਤ ਮਿਹਨਤ ਕਰਕੇ ਆਪਣਾ ਜੀਵਨ ਚਲਾ ਰਿਹਾ ਹੈ। ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਕੋਸ਼ਿਸ਼ਾਂ ਸਦਕਾ ਉਹ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ। To watch 24/7 News Live, download ETV Bharat app.